ਸਵੇਰੇ ਤੜਕੇ ਗਏ ਨੇ, ਉੱਥੇ ਗੋਲੀ ਚੱਲੀ ਹੈ। ਗੋਲੀ ਚੱਲਣ ਨਾਲ ਦੋ ਭਰਾਵਾਂ ਨੂੰ ਗੋਲੀ ਲੱਗੀ ਹੈ ਅਤੇ ਉਹਨਾਂ ਦੀ ਡੈਥ ਹੋ ਗਈ ਹੈ। ਰੰਜਿਸ਼ ਕੀ ਸੀ ਭਾਅ ਜੀ? ਇਹ ਰੰਜਿਸ਼ ਭਾਅ ਜੀ ਕੋਈ ਪੰਜ ਮਰਲਿਆਂ ਦਾ ਰੌਲਾ ਸਾ। ਸਵੇਰੇ ਤੜਕੇ ਅਸੀਂ 5 ਵਜੇ ਸੁੱਤੇ ਪਏ ਸੀ ਅਤੇ ਆਹ ਤਿੰਨ ਸਾਨੂੰ ਵਲਗਾ ਪਾ ਲਿਆ 40-50 ਬੰਦਾ ਸੀ ਅਤੇ ਇਹਨਾਂ ਗੋਲੀਆਂ ਇਹਨਾਂ ਚਲਾ ਦਿੱਤੀਆਂ। ਅਸੀਂ ਸੁੱਤੇ ਉੱਠੇ ਹਾਂ, 40-50 ਬੰਦਾ ਹੈਗਾ ਸੀ ਅਤੇ ਉਹਨਾਂ ਗੋਲੀਆਂ ਚਲਾ ਦਿੱਤੀਆਂ। ਕੋਈ ਉੱਠੇ ਸੁੱਤੇ ਹਾਂ ਅਤੇ ਜਿਹੜੇ ਭੱਜੇ ਨੇ ਉਹਨਾਂ ਨੂੰ ਅਕਲੇ ਦੇ ਵਿੱਚ ਗੋਲੀਆਂ ਵੱਜ ਗਈਆਂ ਅਤੇ ਬਾਲ ਬੱਚਾ ਲਏ ਅਤੇ ਮਸੇ ਅਸੀਂ ਭੱਜੇ ਨਕਾਇਆ ਏ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਵਿੱਚ ਪੁਰਾਣੇ ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਪਰਿਵਾਰ ਦੇ ਦੋ ਪੁੱਤਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਮਾਮਲੇ ਵਿੱਚ ਪਰਿਵਾਰ ਸਾਹਮਣੇ ਆਇਆ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਪਿੰਡ ਦੇ ਹੀ ਇੱਕ ਪਰਿਵਾਰ ਨਾਲ ਇੱਕ ਪਲਾਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਮੁਤਲਕ ਕਈ ਵਾਰੀ ਗੱਲਬਾਤ ਹੋਈ ਪਰ ਅਚਾਨਕ 30-35 ਬੰਦਿਆਂ ਵੱਲੋਂ ਉਹਨਾਂ ਦੇ ਘਰ 'ਤੇ ਹਮਲਾ ਬੋਲ ਦਿੱਤਾ ਗਿਆ ਅਤੇ ਇਸ ਦੌਰਾਨ ਉਹਨਾਂ ਵੱਲੋਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਗਈ ਪਰ ਪਰਿਵਾਰ ਦੇ ਦੋ ਪੁੱਤਰ ਇਸ ਵਾਰਦਾਤ 'ਚ ਮਾਰੇ ਗਏ। ਸਵੇਰੇ ਤੜਕੇ ਗਏ ਨੇ, ਉੱਥੇ ਗੋਲੀ ਚੱਲੀ ਹੈ। ਗੋਲੀ ਚੱਲਣ ਨਾਲ ਦੋ ਭਰਾਵਾਂ ਨੂੰ ਗੋਲੀ ਲੱਗੀ ਹੈ ਅਤੇ ਉਹਨਾਂ ਦੀ ਡੈਥ ਹੋ ਗਈ ਹੈ। ਰੰਜਿਸ਼ ਕੀ ਸੀ ਭਾਅ ਜੀ? ਇਹ ਰੰਜਿਸ਼ ਭਾਅ ਜੀ ਕੋਈ ਪੰਜ ਮਰਲਿਆਂ ਦਾ ਰੌਲਾ ਸੀ ਜੀ। ਅਤੇ ਮਾਰੀ ਕਿੰਨੇ ਗੋਲੀ ਪਤਲ? ਇਹ ਹੈਗੇ ਜੀ ਆਪਣੇ ਸਾਡੇ ਉੱਥੇ ਪਿੰਡ ਹੀ ਨੇ ਜੀ, ਜਰਨੈਲ ਸਿੰਘ ਆਪਣੇ ਰਾਵ ਬਰਾਦਰੀ ਦੇ ਨੇ ਜੀ, ਉਹਨਾਂ ਮਾਰੀ ਗੋਲੀ। ਦੋਵਾਂ ਦੀ ਮੌਤ ਹੋ ਗਈ? ਹਾਂਜੀ, ਦੋਵਾਂ ਦੀ ਔਨ ਦੀ ਸਪੋਰਟ ਹੀ ਡੈਡ ਹੋ ਗਈ। ਜਿਹਨੇ ਮੌਤ ਹੋਈ ਕੀ ਨਾਂ ਨਾਲ? ਇੱਕ ਦਾ ਨਾਮ ਬਖਸ਼ੀਸ਼ ਸਿੰਘ ਹੈ ਜੀ, ਇੱਕ ਦਾ ਨਾਂ ਕਾਬਲ ਸਿੰਘ। ਦੋਵੇਂ ਸਕੇ ਭਰਾ? ਹਾਂਜੀ, ਦੋਵੇਂ ਸਕੇ ਭਰਾ ਸੀ। ਕੀ ਨਾਂ ਤੁਹਾਡਾ ਜੀ? ਵਿੰਦਰਾ ਰਾਣੀ। ਕਿਸ ਤਰ੍ਹਾਂ ਵਾਲਾ ਆਇਆ ਗੋਲੀਆਂ ਦਾ ਜਿਹੜਾ ਘਰ? ਸਵੇਰੇ ਤੜਕੇ ਅਸੀਂ 5 ਵਜੇ ਸੁੱਤੇ ਪਏ ਸੀ ਅਤੇ ਆਹ ਤਿੰਨ ਸਾਨੂੰ ਵਲਗਾ ਪਾ ਲਿਆ 40-50 ਬੰਦਾ ਸੀ ਅਤੇ ਇਹਨਾਂ ਗੋਲੀਆਂ ਇਹਨਾਂ ਚਲਾ ਦਿੱਤੀਆਂ। ਅਸੀਂ ਸੁੱਤੇ ਉੱਠੇ ਹਾਂ, ਗੋਲੀਆਂ ਚਲਾਉਣ ਵਾਲੇ ਕਿੰਨੇ? 40-50 ਬੰਦਾ ਹੈਗਾ ਸੀ ਅਤੇ ਉਹਨਾਂ ਗੋਲੀਆਂ ਚਲਾ ਦਿੱਤੀਆਂ। ਕੋਈ ਉੱਠੇ ਸੁੱਤੇ ਹਾਂ ਅਤੇ ਜਿਹੜੇ ਭੱਜੇ ਨੇ ਉਹਨਾਂ ਨੂੰ ਅਕਲੇ ਦੇ ਵਿੱਚ ਗੋਲੀਆਂ ਵੱਜ ਗਈਆਂ ਅਤੇ ਬਾਲ ਬੱਚਾ ਲਏ ਅਤੇ ਮਸੇ ਅਸੀਂ ਭੱਜੇ ਨਕਾਇਆ ਏ। ਹਾਂ, ਗੋਲੀਆਂ ਵੱਜੀਆਂ ਤਾਂ ਅਸੀਂ ਜਾਨ ਬਚਾ ਅਤੇ ਅਸੀਂ ਭੱਜੇ, ਸਾਡੇ 'ਤੇ ਨਾਮ ਬਲਾ ਕਰ ਦਿੱਤਾ। ਕੀ ਰੌਲਾ ਕੀ ਸੀਗਾ? ਰੌਲਾ ਇਹ ਜਗ੍ਹਾ ਆਉਂਦਾ ਸੀ, ਇਹ ਇਹਨਾਂ ਨੂੰ ਹੋ ਗਏ ਨੇ 50-40 ਸਾਲ ਇਹਨਾਂ ਨੂੰ ਬੈਠੇ ਨੂੰ ਅਤੇ ਇਹਨਾਂ ਨਾਲ ਧੱਕਾ ਹੋ ਗਿਆ ਅਤੇ ਆਪ ਦੀ ਜਗ੍ਹਾ ਧੱਕਾ, ਜਿਹਨਾਂ ਦੀ ਜ਼ਮੀਨ ਸੀ ਉਹਨਾਂ ਕੀਤਾ ਹੈ। ਆਹ ਤੇ ਉਹਨਾਂ ਪੀ ਇਹਨਾਂ ਨੂੰ ਮਾਰਦੀ, ਜਾਨੋ ਮਾਰਦੀ, ਆਪ 'ਚ ਪਤਾ ਨਹੀਂ ਕਿਵੇਂ ਵੱਜੀਆਂ ਗਈਆਂ ਨੇ, ਪਰਿਵਾਰ ਸਾਰਾ ਸੁੱਤਾ ਪਿਆ ਸੀ ਅਤੇ ਬਿਜਲੀ ਉਹਨਾਂ ਜਿਹੜਾ ਸੀ ਉਹਨਾਂ ਮੀਟਰ ਉਹਨਾਂ ਪੱਟ ਦਿੱਤਾ, ਹਨੇਰਾ ਉਹਨਾਂ ਕਰ ਦਿੱਤਾ ਹੈ। ਹਾਂ, ਹਨੇਰਾ ਕਰਕੇ ਅੰਦਰ ਵੜੇ ਨੇ। ਸਾਡੀ ਇਹ ਮੰਗ ਹੈ ਵੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਸੁਮਿਤਰਾ ਕੌਰ। ਮਤਲਬ ਕੀ ਹੋਇਆ ਜਿਹੜੇ ਘਰ ਦੇ ਵਿੱਚ ਗੋਲੀਆਂ ਤੁਹਾਡੇ ਚੱਲੀਆਂ, ਕਿੰਨੇ ਪਰਿਵਾਰ ਤੇ ਚੱਲੀਆਂ? ਹਾਂਜੀ, ਸਾਰੇ ਤੇ ਚੱਲੀਆਂ ਨੇ। ਕੀ ਕਰ ਰਹੇ ਸੀ ਉਹਦੇ ਜਦੋਂ ਗੋਲੀ? ਉਹਦੇ ਅਸੀਂ ਸੁੱਤੇ ਪਏ ਸੀ। ਤੁਹਾਡੇ ਸੁੱਤੇ ਤੇ? ਹਾਂਜੀ ਹਾਂਜੀ। ਤੇ ਅਸੀਂ ਵੀ ਮੇਰਾ ਘਰ ਵਾਲਾ ਉੱਠਿਆ ਸੀ ਤੇ ਅਗਾਂਹ ਗਿਆ ਤੇ ਉਹਦੇ ਛਾਤੀ ਤੇ ਵੱਜ ਗਈ ਸੀ। ਕਿੰਨਾ ਨੇ ਮਾਰੀ ਗੋਲੀ? ਇਹ ਨਾ ਬਿਸਕਰੀ ਸਵੇਰੀ। ਕਿੰਨੇ ਕੁ ਜਣੇ? ਇਹ 6 ਜਣੇ ਹੈਗੇ ਸੀ ਬਾਬਾ ਜਣੇ ਅਤੇ ਉਹਨਾਂ ਕੋਲ ਗੋਲੀਆਂ ਹੈਗੀਆਂ ਸੀ ਸਾਰਿਆਂ ਕੋਲ, ਬੰਦਿਆਂ ਸਾਰਿਆਂ ਕੋਲ। ਉਹ ਫਿਰ ਚਲਾਈ ਗਏ ਨੇ ਅਤੇ ਹਾਂ, ਸਵੇਰੇ 5 ਵਜੇ ਤੁਹਾਡੇ ਘਰ 'ਤੇ ਹਮਲਾ ਹੋਇਆ? ਹਾਂਜੀ, ਸਾਡੇ ਘਰ 'ਤੇ ਹਮਲਾ ਹੋਇਆ। ਕਿੱਦਾਂ ਬਚਾਈ ਜਾਣ? ਹਾਂਜੀ, ਅਸੀਂ ਕੋਈ ਬੂਹੇ ਦੇ ਅੱਗੇ ਗਏ ਚਲੇ ਹਾਂ, ਬੋਲੇ ਕੋਈ ਕਿਵੇਂ ਪੌੜੀਆਂ ਚੜ੍ਹ ਗਏ। ਇਸ ਤਰ੍ਹਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਅਜੇ ਤੱਕ? ਅਜੇ ਨਹੀਂ। ਹੁਣ ਕੀ ਮੰਗ? ਹੁਣ ਮੰਗ ਕੀ ਹੈ? ਤੁਹਾਡੇ ਕਿੰਨੇ ਦੇ ਲੱਗੀਆਂ ਗੋਲੀਆਂ? ਹਾਂਜੀ, ਸਾਡੇ ਦੋਵਾਂ ਦੇ। ਕਿੱਦੇ ਕਿੱਦੇ ਮਾਰੀਆਂ ਨੇ? ਇਹ ਜਰਨੈਲ ਸਿੰਘ ਅਤੇ ਗੁਰਦੀਪ ਸਿੰਘ। ਹੁਣ ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਹੈਗੀ ਹੈ ਇਨਸਾਫ ਦੀ? ਹਾਂਜੀ ਹਾਂਜੀ ਹਾਂਜੀ। ਫਿਰੋਜ਼ਪੁਰ ਦੇ ਵਿੱਚ ਇਹ ਕਿੱਥੇ ਘਟਨਾ ਹੋਈ ਹੈ ਅਤੇ ਕੀ ਘਟਨਾ ਹੋਈ ਹੈ? ਪਿੰਡ ਬਾਰੇਗੇ ਦੇ ਵਿੱਚ ਨਾ ਇੱਕ ਘਰ ਹੀ, ਉਹਦਾ ਝਗੜਾ ਕਾਫੀ ਲੰਮੇ ਲੰਮੇ ਚੱਲ ਰਿਹਾ ਸੀ। ਉਹਦੇ ਵਿੱਚ ਜਿਹੜੇ ਘਰ ਦੇ ਵਿੱਚ ਬਖਸ਼ੀਸ਼ ਸਿੰਘ ਅਤੇ ਕਾਬਲ ਸਿੰਘ, ਉਹਨਾਂ ਦੇ ਗੋਲੀਆਂ ਲੱਗ ਗਈਆਂ ਅਤੇ ਉਹ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ। ਇੱਕ ਉਹਨਾਂ ਨਾਲ ਦਾ ਇੱਕ ਰਸ਼ਪਾਲ ਸਿੰਘ ਆ, ਉਹ ਇਹੋ ਜਿਹੇ
ਹਸਪਤਾਲ ਬਾਗੀ ਫਿਰੋਜ਼ਪੁਰ ਦੇ ਵਿੱਚ ਦਾਖਲ ਆ ਅਤੇ ਉਹ ਅਜੇ ਹਾਲਤ ਉਹਦੀ ਗੰਭੀਰ ਬਣੀ ਹੋਈ ਆ। ਦੂਸਰੀ ਪਾਰਟੀ ਵੱਲੋਂ ਵੀ ਦੋ ਜਣੇ ਜਰਨੈਲ ਸਿੰਘ ਅਤੇ ਗੁਰਦੀਪ ਸਿੰਘ ਇਹਨਾਂ ਦੇ ਦੋਨਾਂ 'ਤੇ ਗੋਲੀਆਂ ਲੱਗੀਆਂ ਹੋਈਆਂ ਵਾ ਇਹ ਫਰੀਦਕੋਟ ਮੈਡੀਕਲ ਕਾਲਜ ਜਿਹੜਾ ਉੱਥੇ ਦਾਖਲ ਨੇ ਬਾਕੀ ਤਫਤੀਸ਼ ਚੱਲ ਰਹੀ ਹੈ। ਸਰ ਇਹ ਕੋਈ ਜ਼ਮੀਨੀ ਮਸਲੇ ਨੂੰ ਲੈ ਕੇ ਜਿਹੜਾ ਜ਼ਮੀਨੀ ਮਸਲੇ ਨਹੀਂ ਹੈਗਾ ਇਹ ਘਰੇਲੂ ਘਰ ਬਣੇ ਹੋਏ ਆ ਪਰ ਹੈ ਮੇਨ ਰੋਡ 'ਤੇ ਆ ਅਤੇ ਘਰ ਦਾ ਝਗੜਾ ਨਹੀਂ ਇਹ ਪੰਜਾਂ ਛਿਆਂ ਜਾਣਿਆਂ ਦਾ ਨਾਂ 'ਤੇ ਆ ਅਤੇ ਉਹ ਇਸ ਚੀਜ਼ ਦਾ ਝਗੜਾ ਇਹਨਾਂ ਦਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂ ਚੱਲਣ ਡਿਆ ਜੀ।